ਸੋਹੇ ਗਾਈਸ, ਕੀ ਹਾਲ ਚਾਲ? ਸਾਨੂੰ ਫਿਰ ਸਾਰੇ ਵਧੀਆ ਹੋਵੋਗੇ। ਬਾਜਾ ਅਤੇ ਬੰਦੂਕ, ਬਾਜਾ ਅਤੇ ਬੰਦੂਕ, ਓਕੇ, ਹਾਰਮੋਨੀਅਮ ਅਤੇ ਬੰਦੂਕ, ਦੀਪ ਸਿੱਧੂ ਬਾਈ ਦਾ ਗਾਇਆ ਗਾਣਾ ਯਾਰ। ਚਲੋ ਪਰ ਫਿਰ ਵੀ ਉਹ ਨਾ ਲਾਈਕ ਦੀਪ ਬਾਈ ਦੀ ਯਾਦ ਆ ਜਾਂਦੀ ਹੈ ਜਦੋਂ ਦੀਪ ਸਿੱਧੂ ਨਾਮ ਸੁਣੀਦਾ, ਲਾਈਕ ਉਸ ਤਰੀਕੇ ਨਾਲ ਫੀਚਰਿੰਗ ਲੀਡ ਬੇਬੋ ਦਾਸ, ਲਿਰਿਕਸ ਗੋਰਾ ਸੰਭਿਆਲਾ, ਮਿਊਜ਼ਿਕ ਲਵ ਸਾਗਰ, ਡਾਇਰੈਕਟਰ ਸ਼ਿਵੋਮ, ਡੀ ਓ ਪੀ ਜੋਤ ਜੋਤਸ, ਐਡਿਟ ਐਂਡ ਡੀ ਆਈ ਸੰਜੇ ਜੋਗੀ, ਬਾਕੀ ਕਾਫੀ ਵੱਡੀ ਟੀਮ ਹੈ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਡੀ ਫੋਰ ਡ੍ਰੀਮਸ, ਆਓ ਮੇਰੇ ਸਾਹਮਣੇ ਐਵੇਂ ਆਕੜ ਜੀ ਨਾ ਦਿਖਾਈ, ਆਹਾ ਬੜੀ ਭੈੜੀ ਆਦਤ ਕਾਕਾ, ਮੈਂ ਤੋੜ ਦਿੰਦਾ। ਓ ਥੋਡੇ ਵਾਂਗੂ ਤੁੱਕਿਆਂ ਤੇ ਮਾਰਿਆ ਨਹੀਂ ਜ਼ੋਰ, ਮੁੰਡਾ ਮੇਰ ਤਾਂ ਨਾ ਆਇਆ ਮਿੱਠਿਆ, ਕੁਝ ਨਵਾਂ ਠੀਕ ਆ ਕਿ ਨੱਚਣਾ ਕਿਤੇ ਤੇ ਤੁਹਾਡੀ ਚੋਇਸ ਆ, ਠੀਕ ਹੈ, ਅਸੀਂ ਤਾਂ ਨਚਾਉਣਾ, ਅਸੀਂ ਤਾਂ ਆਪਣੇ ਉਂਗਲਾਂ 'ਤੇ ਨਚਾਵਾਂਗੇ, ਹੁਣ ਤੁਸੀਂ ਇਹ ਉਂਗਲ 'ਤੇ ਨੱਚਣਾ ਜਾਂ ਆਹ ਵਾਲੀ ਉਂਗਲ 'ਤੇ ਨੱਚਣਾ। ਵਾਹ ਯਾਰ, ਵਾਜਾ ਦੇ ਬੰਦੂ ਦੋਵੇਂ ਜਾਣ ਵੀਰੇ ਦੀ ਨਾ ਵੋਕਲ ਕਾਫੀ ਉਹ ਆ ਲਾਈਕ ਹਾਰਡ ਵੋਕਲ, ਕਹਿੰਦਾ ਜਿਵੇਂ ਉਹ ਖਿੱਚ ਕੇ ਆਪਣਾ, ਜੇ ਮੈਂ ਕਿਸੇ ਸਿੰਗਰ ਦੀ ਐਗਜ਼ਾਮਪਲ ਦੇਵਾਂ ਤਾਂ ਜਿਵੇਂ ਸਿੱਧੂ ਬਾਈ ਥੋੜ੍ਹਾ ਖਿੱਚ ਕੇ ਪੂਰਾ ਕਰਕੇ ਬਾਗੀ ਹੋ ਗਿਆ, ਗੁਲਾਬ ਸਿੱਧੂ ਬਾਈ ਹੋਰੀ ਹੋ ਗਈ, ਜਿਵੇਂ ਉਹ ਖਿੱਚ ਕੇ ਗਾਉਂਦੇ ਆ ਨਾ ਪੂਰਾ ਤੁੰਨ ਕੇ, ਵਾਜਾ ਤੇ ਬੰਦੂਕ ਜੱਟ ਦੋਵੇਂ ਜਾਣਦਾ, ਠੀਕ ਆ, ਉਹ 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 ਇੱਕ ਜਿਹੜੀ ਵੋਕਲ ਦੇ ਵਿੱਚ ਇੱਕ ਹੈਵੀ ਟੋਨ ਹੁੰਦੀ ਹੈ, ਇੱਕ ਜਟਵੈੜਾਂ ਵਾਲੀ ਟੋਨ ਹੁੰਦੀ ਆ, ਉਹ ਬੜੀ ਸੋਹਣੀ ਹੈ ਬਾਈ ਦੀ। ਕੁਝ ਦੱਸਣ ਦੀ ਲੋੜ, ਮੈਂ ਔਕਾਤ ਥੋੜੀ ਦੇ ਉਹ ਕੋਨੇ ਕੋਨੇ ਜਾਣਦਾ, ਜਿੱਦ ਦੇ ਵਿੱਚ ਤਾਂ ਮੈਂ ਆਪਣੇ ਆਪ ਦਾ ਵੀ ਨਹੀਂ ਕਾਕਾ, ਤੂੰ ਤਾਂ ਫਿਰ ਵੀ ਤੂੰ ਹੈ। ਓਏ ਹੋਏ, ਗੱਲ ਉਹੀ ਹੋ ਗਈ ਨਾ ਕਿ ਮਤਲਬ ਕਿ ਜਦੋਂ ਤੋਂ ਮੈਂ ਜਿੱਦ 'ਚ ਹਾਂ ਅਤੇ ਮੈਂ ਕੁਛ ਕਰਨਾ ਉਹਦਾ ਮੈਂ ਆਪਣੇ ਵੀ ਨਹੀਂ ਸੁਣਦਾ, ਠੀਕ ਹੈ, ਉਦੋਂ ਮੈਂ ਆਪਣੇ ਵੀ ਆਪਣੇ ਆਪ ਦਾ ਵੀ ਨਹੀਂ, ਮੈਂ ਕੁਛ ਵੀ ਕਰ ਦੂੰਗਾ ਭਾਵੇਂ ਆਪਣੇ ਹੀ ਘਾਟਾ ਹੋ ਜੇ, ਠੀਕ ਹੈ, ਤੇਰਾ ਤਾਂ ਪੁੱਤ ਮੈਂ ਘਾਟਾ ਕਰਨ ਲੱਗਿਆ ਫਿਰ ਸੋਚੂਗਾ ਵੀ ਨਾ, ਉਹ ਜਿਹੀ ਗੱਲ ਗੋਡੇ ਯਾਰ ਆ ਚੀਜ਼, ਮਤਲਬ ਯਾਰ ਇੱਕ ਦੇਖੋ ਜੇ ਤਾਂ ਤੁਸੀਂ ਸਿੱਧਾ ਹੀ ਅੜਬ ਟਰੈਕ ਬਣਾਉਣਾ
ਫਿਰ ਤਾਂ ਫਿਰ ਖੁੱਲ ਜਾਓ ਪੂਰੇ ਵਧੀਆ ਤਰੀਕੇ ਨਾਲ ਕਿ ਹਾਂ ਯਾਰ ਦੇ ਕੇ ਫਿਰ ਸਾਡੇ ਤੋਂ ਘੈਂਟ ਨਹੀਂ ਕੋਈ, ਸਿੱਧੀ ਜਿਹੀ ਗੱਲ ਆ ਉਸ ਤਰੀਕੇ ਨਾਲ, ਤਾਂ ਕਿ ਜਿਹੜੇ ਜੇ ਕੋਈ ਵੈਲੀ ਹੈਗੀ ਵੀ ਆ ਉਹਨਾਂ ਨੂੰ ਗਾਣਾ ਸੁਣ ਕੇ ਮਜ਼ਾ ਤਾਂ ਵੀ ਝਕਣਾ ਨਹੀਂ ਹੈਗਾ ਫਿਰ ਪੂਰਾ ਉਹੀ ਤਰੀਕੇ ਨਾਲ ਆ ਫਿਰ, ਅਤੇ ਵਧੀਆ ਲੱਗੀ ਯਾਰ ਨਵੀਂ ਗੱਲ ਲੱਗੀ ਯਾਰ, ਮਤਲਬ ਮੈਨੂੰ ਖੁਦ ਨੂੰ ਇੱਦਾਂ ਦਿਲ ਕਰ ਰਿਹਾ ਕਿ ਯਾਰ ਇਹਦਾ ਗਾਣਾ ਸਟੋਰੀ 'ਤੇ ਲਾਵਾਂ ਕਿ ਜੱਟ ਬਾਜਾ ਦੇ ਬਦੋਗ ਦੋਵੇਂ ਜਾਣ ਦਾ ਨੱਚਣਾ ਦੱਸੋ ਤੁਸੀਂ ਕਿਹਦੇ 'ਤੇ ਆ, ਕਹਿੰਦੇ ਜਾਵਾਂਗੇ ਪੂਰੀਆਂ ਲੁੱਡੀਆਂ ਪਵਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਤਾਂ ਸੱਚੀ ਗੱਲ ਆ। ਵਾਹ ਯਾਰ ਪਤਾ ਨਹੀਂ ਕਿਉਂ ਪਰ ਮੈਨੂੰ ਫਲੈਕਸ ਬਹੁਤ ਪਿਆਰਾ ਲੱਗਿਆ ਗਾਣੇ ਦਾ, ਠੀਕ ਹੈ। ਯੂਜੁਅਲੀ ਜੇ ਮਤਲਬ ਕੋਈ ਹਥਿਆਰਾਂ ਦਾ ਗਾਣਾ ਹੁੰਦਾ ਤਾਂ ਮੈਂ ਕਿਤੇ ਨਾ ਕਿਤੇ ਕਹਿ ਦਿੰਦਾ ਕਿ ਥੋੜ੍ਹਾ ਹਥਿਆਰਾਂ ਤੋਂ ਬਚ ਕੇ, ਪਰ ਇੱਥੇ ਚੱਲ ਬਾਈ ਨੇ ਕਿਸੇ ਨੂੰ ਮਾਰਨ ਦੀ ਗੱਲ ਹੀ ਕੀਤੀ, ਬਾਈ ਨੇ ਇੱਕ ਬਹੁਤ ਪਿਆਰੀ ਗੱਲ ਕੀਤੀ ਆ ਕਿ ਠੀਕ ਹੈ ਮੈਂ ਥੱਲਿਓ ਰੱਖੂੰਗਾ, ਠੀਕ ਹੈ ਥੱਲੇ ਪੈਰ ਮਾਰਾਂਗੇ, ਪਰ ਤੁਸੀਂ ਨੱਚਣਾ ਲੱਗ ਜਾਓਗੇ ਉਹ ਵਾਲੀ ਚੀਜ਼। ਗੁੱਡ ਯਾਰ, ਆਈ ਲਾਈਕ ਇਟ। ਸਤਿ ਸ਼੍ਰੀ ਅਕਾਲ।